कैनेडा दे विच 3 साल की बच्ची का प्यो नहीं रहा। हर कोई कमाइया कर जाता है तो हूँ परिवार का रो रो के बुरा हाल है। इस तरह हुई मौत तो परिवार की मंग है आप सुनते हैं कि गरीबी है बहुत। हाँ जी, गरीबी के कारण हर कोई तुम पता भी जाता कमाई कर जाता तो गाड़ी वो किस्मत बरात माड़ी ओरी डिगण कारण ओरी डैथ हो गई है। हूँ तो सोग पिया ਬੁਰੇ ਹਾਲਾਤ ਇਹਨਾਂ ਦੇ ਰੋਣ ਦੇ। ਕਿੰਨਾ ਸਮਾਂ ਹੋਇਆ ਸੀ ਗਿਆ ਇਹਨੂੰ? 3 ਮਹੀਨੇ ਹੋਏ ਆ ਸਿਰਫ ਗਏ ਨੇ ਬਸ। ਹਾਂ, ਤੇ ਗਿਆ ਤੁਸੀਂ ਕਰਜ਼ਾ 30-35 ਲੱਖ ਰੁਪਈਆ ਕਰਜ਼ਾ। ਤੇ ਉਹ ਜੇ ਕੋਈ ਸਰਕਾਰ ਇਹਨਾਂ ਨੇ ਮਦਦ ਕਰੇ ਤੇ ਲੱਥ ਸਕਦਾ ਨਹੀਂ, ਤੇ ਇਹਨਾਂ ਦਾ ਲੱਥ ਨਹੀਂ ਸਕਦਾ। 2 ਕਿੱਲੇ ਸਾਰੀ ਜ਼ਮੀਨ ਹੈ ਇਹਨਾਂ ਕੋਲ ਤੇ ਇਹ ਸਰਕਾਰ ਨੂੰ ਚਾਹੀਦਾ ਵੀ ਕੁਛ ਨਾ ਕੁਛ ਇਹਨਾਂ ਦਾ ਕਰੇ। ਛੋਟੀ ਜੀ ਬੱਚੀ ਹੈ 2.5 ਸਾਲਾਂ ਦੀ ਤੇ ਘਰ ਦੀ ਆ ਉਹਦੀ ਮਾਤਾ ਵਾ ਉਹ ਵੀ 60-65 ਸਾਲਾਂ ਦੀ ਆ ਵੀ ਬਿਰਦੇ ਆ ਤੇ ਡੈਡੀ ਹੈਗਾ ਤੇ ਉਹ ਵੀ ਬਿਰਦੇ ਆ ਕਿਉਂ ਉਹ ਕੁਝ ਕਰ ਨਹੀਂ ਸਕਦੇ ਆਪਣਾ ਗੁਜ਼ਾਰਾ ਕਰਨ ਡਏ ਬਸ। ਤੇ ਗਾੜੀ ਤੁਸੀਂ ਸਿਆਣੇ ਹੁਣ ਸਾਡੀ ਤੇ ਬੇਨਤੀ ਇਹ ਹੋਈ ਆ ਵੀ ਜਿੰਨਾ ਵੀ ਸਰੇ ਪੁੱਜੇ ਉਧਰੋਂ ਵੀ ਕਰਨ ਤੇ ਸਰਕਾਰ ਵੀ ਕਰੇ ਇਹਨਾਂ ਦੀ ਮਦਦ। ਬਾਕੀ ਸਾਡੀ ਇਹ ਖਾਸ਼ ਹੈ ਤੇ ਜਾਂਦਾ ਤੇ ਹਰ ਕੋਈ ਇਸੇ ਕੰਮ ਨੂੰ ਆ ਵੀ ਮੇਰਾ ਪਰਿਵਾਰ ਮਗਰ ਸੁਖੀ ਹੋਊਗਾ। ਮਿਲਿਆ ਲਾਇਸੈਂਸ ਬਣੇ ਨੂੰ ਹਲੇ ਮਹੀਨਾ ਗਿਆ ਸਾਰਾ। ਅੱਛਾ, ਹਾਂਜੀ ਹਾਂਜੀ ਮਹੀਨਾ ਕੁ ਹੋਇਆ ਹਲੇ। ਕਿਵੇਂ ਕਿਵੇਂ ਪਤਾ ਲੱਗਾ? ਮੇਰੀ ਵਿਹਲਾ ਹੀ ਰਿਹਾ ਵਾ, ਕੰਪਨੀ ਥਰੂ ਹੀ ਨਾ ਡਰਾਈਵਿੰਗ ਹੀ ਕਰ ਸਕਦਾ, ਹੋਰ ਕੋਈ ਕੰਮ ਨਹੀਂ ਕਰ ਸਕਦਾ। ਪਹਿਲਾਂ ਵੀ ਬਾਹਰ ਗਏ ਕਿਤੇ? ਹਾਂਜੀ, ਕਵਾਇਆ ਸੀ ਪਹਿਲਾਂ ਹੀ ਦੋਨੇ। ਹਾਂਜੀ, ਉੱਥੇ ਡਰਾਈਵਿੰਗ ਹੀ ਕਰਦਾ। ਹਾਂਜੀ, ਛੋਟਾ ਭਰਾ ਸੀ। ਹਾਂਜੀ, ਉਹ 7 ਮਹੀਨੇ ਪਹਿਲਾਂ ਇਸ ਤਰ੍ਹਾਂ ਕੈਨੇਡਾ ਗਿਆ ਤੇ ਹੁਣ ਉਹਨਾਂ ਦੀ ਡੈਥ ਹੋ ਗਈ। ਇਸ ਤਰ੍ਹਾਂ ਪਲੇਟਾਂ ਡਿੱਗੀਆਂ ਉਹਦੇ ਤੇ ਉਹ ਥਾਂ ਹੀ ਰਹਿ ਗਿਆ। ਉਹ ਇੱਕ ਛੋਟੀ ਬੇਟੀ ਛੱਡ ਕੇ ਗਿਆ, 3 ਸਾਲ ਦੀ ਬੇਟੀ ਉਹਦੀ। ਸਾਡੇ ਬਹੁਤ ਮਾੜੇ ਹਾਲਾਤ ਕਰਦੇ, ਸਾਡੇ ਜਿੰਨੀ ਵੀ ਹੋ ਸਕਦੀ ਸਰਕਾਰ ਦੇ ਅੱਗੇ ਇਹੀ ਅਪੀਲ ਕਿ ਸਾਡੀ ਮਦਦ ਕੀਤੀ ਜਾਵੇ। ਵੀਰ ਦੀ ਬੋਡੀ ਇੱਥੇ ਲਿਆਂਦੀ ਜਾਵੇਗੀ ਜਾਂ ਤੁਸੀਂ ਉੱਥੇ ਜਾ ਰਹੇ ਹਾਂ, ਕੀ ਹੋ ਰਿਹਾ? ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਚਲੋ ਸਰਕਾਰ ਸਾਡੀ ਕਿਸੇ ਵੀ ਤਰ੍ਹਾਂ ਮਦਦ ਕਰੇ ਤੇ ਸਾਡੇ ਪਰਿਵਾਰ ਦਾ ਉੱਥੇ ਜਾਣ ਦਾ ਕੋਈ ਨਾ ਕੋਈ ਹੀਲਾ ਕਰਨ ਤੇ ਕਿਸੇ ਵੀ ਤਰ੍ਹਾਂ ਅਸੀਂ ਮਤਲਬ ਕਿ ਜਾ ਕੇ ਆਪਣੀ ਡੈਡ ਬੋਡੀ ਦੇ ਦਰਸ਼ਨ ਕਰ ਸਕੀਏ। ਤਾਂ ਆਪਣੇ ਹੈਗੇ ਕਿ ਮੈਂ ਕੈਨੇਡਾ ਜਾਣਾ ਹੈ, ਆਪਣੀ ਬੱਚੀ ਨੂੰ ਮੈਂ ਉੱਥੇ ਕੈਨੇਡਾ 'ਚ ਪੜਾਉਣੀ ਪੜ੍ਹਾਈ ਕਰਵਾਉਣੀ ਆ, ਮੈਂ ਆਪਣੀ ਬੱਚੀ ਨੂੰ ਕੈਨੇਡਾ ਸੈੱਟ ਕਰਨਾ, ਪਰ ਸਾਰੇ ਸੁਪਨੇ ਅਧੂਰੇ ਛੱਡ ਕੇ ਚਲੇ ਗਿਆ ਮੇਰਾ ਛੋਟਾ ਵੀਰ। ਇਹੋ ਜਿਹੇ ਦੁਖੀ ਪਰਿਵਾਰ ਦੀ ਸਰਕਾਰਾਂ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਹੈ, ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਦਾ ਘਰ ਹੀ ਮੁੱਦਾ ਵੱਧ ਜਾਂਦਾ, ਇੱਕ ਕਮਾਈ ਕਰਨ ਵਾਲਾ ਉਹ ਹੀ ਦੁਨੀਆਂ ਤੋਂ ਚਲਿਆ ਜਾਵੇ ਅਤੇ ਪਰਿਵਾਰ ਦਾ ਹਾਲਾਤ ਜਿਹੜੇ ਹਾਲ ਤੁਸੀਂ ਦੇਖ ਰਹੇ ਹੋ ਕਿ ਆਪਾਂ ਇਹ ਅਰਦਾਸ ਕਰਾਂਗੇ ਕਿ ਇਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਮਦਦ ਕੀਤੀ ਜਾਵੇ, ਸੋ ਜੋ ਆਖਰੀ ਵਾਰ ਪਰਿਵਾਰ ਡੈੱਡ ਬੋਡੀ ਨੂੰ ਵੇਖ ਸਕੇ। ਇਸ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਸਰਕਾਰਾਂ ਨੂੰ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਪਰਿਵਾਰਾਂ ਦੀ ਮਦਦ ਅੱਗੇ ਹੋ ਕੇ ਕਰਨੀ ਚਾਹੀਦੀ ਹੈ? ਇਨ ਵੀਰ ਜੀ ਦੀ ਖਾਤਰ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਜੀ। ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਰੱਬ ਰਾਖਾ। ਸਰਕਾਰ ਤੋਂ ਹੁਣ ਇਹੋ ਮੰਗ ਆ ਸਾਡੀ ਵੀ ਜਿਹੜੇ ਪਰਿਵਾਰ ਦੇ ਬਾਕੀ ਮੈਂਬਰ ਆ ਉਹਨਾਂ ਨੂੰ ਅਖੀਰਲਾ ਜਿਹੜਾ ਉਹਦਾ ਦਰਸ਼ਨ ਮੇਲੇ ਕਰਾਏ ਜਾਣ, ਕੈਨੇਡਾ ਇੱਕ ਵੀਜ਼ਾ ਦਿੱਤਾ ਜਾਵੇ ਉਹਨੂੰ।